بسم اللہ الرحمن الرحیم السلام علیکم ناظرین پروگرام اپنا کسان اپنی زراعت دی کسان بیٹھک دے نال میں آں تہاڈا میزبان امتیاز العطا بخاری ناظرین اسیں اج موجود ہاں ولگن سانہ چک 1 آر بی دے وچ تے ساڈے نال موجود نے اس علاقے دے ذمہ دار کسان تے او مزدور جڑے زراعت نال وابستہ نے اج اسیں انہاں نال گل بات کرانگے کہ اس علاقے دے وچ انہاں نو زراعت دے متعلق کیڑے کیڑے مسائل دا سامنا ہے ਤੇ ਸਾਡੀ ਹਕੂਮਤ ਉਹਨਾਂ ਨਾਲ ਕਿਸ ਹੱਦ ਤੱਕ ਤਾਲਮਨ ਕਰਦੀ ਏ ਨਾਨੀ ਆਪਣੀ ਗੱਲਬਾਤ ਤੋਂ ਪਹਿਲੇ ਅਸੀਂ ਤੁਹਾਨੂੰ ਇਸ ਇਲਾਕੇ ਦੇ ਮੁਤਲਕ ਇੱਕ ਵੀਡੀਓ ਰਿਪੋਰਟ ਵਿਖਾਣੇ ਆ ਤੇ ਤੁਹਾਨੂੰ ਵਿਖਾਣੇ ਆ ਕਿ ਇਸ ਇਲਾਕੇ ਦੇ ਜ਼ਿੰਮੇਦਾਰ ਬਹੁਤ ਜ਼ਿਆਦਾ ਮਿਹਨਤੀ ਨੇ ਤੇ ਇਸ ਇਲਾਕੇ 'ਚ ਕਿਸ ਕਿਸਮ ਦੀ ਫਸਲਾਂ ਕਾਟ ਕੀਤੀਆਂ ਜਾਂਦੀਆਂ ਨੇ ਨਾਦਰ ਤੁਸੀਂ ਇਸ ਇਲਾਕੇ ਦੇ متعلق ਵੀਡੀਓ ਰਿਪੋਰਟ ਵੇਖੀ ਹੁਣ ਅਸੀਂ ਜਿਹੜੇ ਸਾਡੇ ਨਾਲ ਮੌਜੂਦ ਜ਼ਮੀਦਾਰ ਤੇ ਕਿਸਾਨ ਭਰਾ ਨੇ ਅਸੀਂ ਉਹਨਾਂ ਦੇ ਮਸਾਇਲ ਉਹਨਾਂ ਦੀ ਜ਼ੁਬਾਨੀ ਸੁਣਨੇ ਹਾਂ ਬismillah अर रहमान रहीम ਜੀ ਮੇਰਾ ਨਾਮ 우ਮਰ ফারুক ਪੱਟੀ ਮੈਂ ਚੱਕੇ ਕਾਰਬੀ ਤਣਾ ਖਾਨਕਾ ਡੋਗਰਾ ਤਸੀਰ ਸਫਦਰਾਬਾਦ ਦੇ ਲਾ ਸ਼ੇਖੂਪੁਰਾ ਦਾ ਰਹਿਣ ਲਾ ਮੈਂ ਇਸ ਪ੍ਰੋਗਰਾਮ ਵਿੱਚ ਆਪਣੇ ਕੁਝ ਮਸਾਇਲ ਦੱਸਾਂਦਾ ਪਾਕਿਸਤਾਨ ਦੀ ਆਬਾਦੀ ਦਾ 75 ਤੋਂ 80% ਹਿੱਸਾ ਜਿਹੜਾ ਹੈ ਇਹ ਦਿਹਾਤਾਂ ਨਾਲ ਰਿਲੇਟਡ ਹੈ ਔਰ ਜ਼ਰਾਤ ਨਾਲ ਵਬਸਤਾ ਹੈ ਡਾਇਰੈਕਟਲੀ ਜਾਂ ਇਨਡਾਇਰੈਕਟ ਅਗਰ ਪਾਕਿਸਤਾਨ ਦੀ ਹਕੂਮਤ ਦੀ ਪੰਜਾਬ ਦੀ ਹਕੂਮਤ ਦੀ ਨਾਇਲੀਆਂ ਦੀ ਵਜ੍ਹਾ ਤੋਂ ਜਿਹੜੇ ਸਾਡੇ ਹਸ਼ਰ ਹੋ ਰਿਹਾ ਹੈ ਕਿ ਜਿਸ ਬਰਬਾਦੀ ਦੇ ਤਰਫ ਅਸੀਂ ਕਾਮਜ਼ਨ ਹੋਏ ਆ ਉਹਦੇ ਵਿੱਚ ਮੈਂ ਕੁਝ ਆਪਣੀਆਂ ਮੁਸ਼ਕਿਲਾਂ ਦੱਸਾਂਗਾ ਕਿ ਸਭ ਤੋਂ ਪਹਿਲੇ ਸਾਡਾ ਬਿਜਲੀ ਦਾ ਮਸਲਾ ਹੈ ਨਹਿਰੀ ਪਾਣੀ ਦੀ ਘਟ ਆਉਣ ਦੀ وجہ ਤੋਂ ਹਰ ਜ਼ਿਮੀਦਾਰ ਨੇ ਮੋਟਰਾਂ ਲਾਈਆਂ ਜਿੱਥੇ ਵੀ ਮਿੱਠਾ ਪਾਣੀ ਹੈ ਲੇਕਿਨ ਬਦਕਿਸਮਤੀ ਨਾਲ ਜੋ ਲਾਈਟ ਦਾ ਮਸਲਾ ਹੈ ਉਹ ਇੱਕ ਪੂਰੇ ਪਾਕਿਸਤਾਨ ਵਿੱਚ ਹਰ ਬੰਦੇ ਨੂੰ ਪਤਾ ਹੈ ਕਿ 1 ਘੰਟਾ ਆਏਗੀ ਲਾਈਟ 4 ਘੰਟੇ ਨਹੀਂ ਆਏਗੀ ਸਾਡਾ ਪਾਣੀ ਸਾਰਾ ਜਿਹੜਾ ਉਹ ਵਾਟਰ ਕੋਰਸੇ ਵਿੱਚ ਜ਼ਾਇਆ ਹੋ ਜਾਂਦਾ ਹੈ ਬਿਜਲੀ ਪਿੰਡਾਂ ਥਾਵਾਂ ਤੇ ਜਿਹੜੀ ਵੀ ਦੇਣੀ ਏ ਉਹ ਲਗਾਤਾਰ ਦੇਣ ਤਾਂ ਕਿ ਅਸੀਂ ਆਪਣੀ ਆਪਾਸ਼ੀ ਜਿਹੜੀ ਏ ਉਹਨੂੰ ਪਾਇਆ ਤਕਬੀਰ ਤੱਕ ਪਹੁੰਚਾਈਏ ਕਿਉਂਕਿ ਅਸੀਂ ਜ਼ਿੰਮੇਦਾਰ 24 ਘੰਟੇ ਸਾਡੀ ਡਿਊਟੀ ਏ ਰਾਤੀ ਵੀ ਦਿਨੇ ਵੀ ਹਰ ਵਕਤ ਅਸੀਂ ਕੁਆਰਾਮ ਵਾਸਤੇ ਸਾਡੇ ਆਸਤੇ ਅੱਲਾਹ ਤਾਲਾ ਨੇ ਰਾਤ ਜਿਹੜੀ ਉਹ ਬਣਾਈ ਇਥੇ ਉਹ ਰਾਤੀ ਚੋਰ ਨਹੀਂ ਸੌਣ ਦਿੰਦੇ ਮੋਇਸੀ ਚੋਰੀ ਦੀ ਇਤਨੀ ਬਹੁਤਾ ਥੇ ਮੇਰਾ ਸ਼ੁਭਾਤ ਸ਼ਰੀਫ ਦਾ ਪਹਿਲਾ ਦੌਰ ਦੇਖਿਆ ਸੀ ਲੇਕਿਨ ਹੁਣ ਉਹਦੇ ਬਿਲਕੁਲ ਉਲਟ ਜਾ ਰਹੇ ਨੇ ਕੋਈ ਚੋਰਾ ਨੂੰ ਰਸਾ ਗिरा ਨੂੰ ਬਦਮਾਸ਼ਾ ਨੂੰ ਡਕੀਟਾ ਨੂੰ ਫੜਨ ਵਾਲਾ ਨਹੀਂ ਔਰ ਅਗਰ ਪੁਲਿਸ ਤੇ ਕੋਈ ਅਸੀਂ ਕੋਈ ਵਾਰਦਾਤ ਹੋ ਜਾਏ ਤੇ ਜਾਈਏ ਤੇ ਸਾਡੀ ਪੁਲਿਸ ਜਿਹੜੀ ਕੋਈ ਸਾਨੂੰ ਰਿਸਪਾਂਸ ਨਹੀਂ ਦਿੰਦੀ ਇਹਦੀ ਮਿਸਾਲ ਮੈਂ ਚੰਦ ਦਿਨ ਆਪਣੇ ਕਜ਼ੀਰ ਨਾਲ ਸੰਗਲਾ ਹਿੱਲੇ 'ਚ ਹੋਣ ਵਾਲੀ ਇੱਕ ਵਾਰਦਾਤ ਦੇ ਮੁਤਲਕ ਅਰਜ਼ ਕਰਾਂਗਾ ਕਿ ਉਹ ਸ਼ੂਗਰ ਮਿਲ ਤੋਂ ਪੈਸੇ ਲੈ ਕੇ ਜਾ ਰਿਹਾ ਸੀ ਔਰ ਉਹਦੀ ਡਕੀਟੀ ਹੋ ਗਈ ਡਕੀਟੀ ਹੋਣ ਦੇ ਬਾਅਦ 10 ਦਿਨ ਅਸੀਂ ਲਗਾਤਾਰ ਥਾਣੇ ਜਾਂਦੇ ਰਹੇ ਉਹਨਾਂ ਪਰਚਾ ਦੀ ਦਰਜ ਕੀਤਾ ਉਹ ਕਹਿੰਦੇ ਸਨ ਕਿ 382 ਦਾ ਕਰਾਓ 392 ਦਾ ਅਸਾਨੀ ਕਰਨਾ ਹਾਲਾਂਕਿ ਉਸ ਬੰਦੇ ਦਾ 133190 ਰੁਪਏ ਜਿਹੜੇ ਨੇ ਉਹ ਗਨਪੁਆਇੰਟ ਤੇ ਉਹਨਾਂ ਲੁੱਟੇ ਸਨ ਫਿਰ ਅਸਾ ਅਪਰੋਚ ਕਰਾਈ ਡੀਪੀਓ ਸਾਹਿਬ ਨਨਕਾਰਾ ਨੂੰ ਤੇ ਫਿਰ ਜਾ ਕੇ ਸਾਡਾ ਪਰਚਾ ਜਿਹੜਾ ਰਜਿਸਟਰਡ ਹੋਇਆ ਔਰ ਪੁਲਿਸ ਨੂੰ ਪਤਾ ਹੁੰਦਿਆਂ ਵੀ ਚੋਰਾਂ ਰਸਾ ਗੀਰਾਂ ਦੇ ਮਤਲਕ ਕੋਈ ਉਹਨਾਂ ਤੇ ਕੰਟਰੋਲ ਨਹੀਂ ਕਰਦੀ ਕੋਈ ਕੋ ਉਹਨਾਂ ਨੂੰ ਪੁੱਛਦਾ ਨਹੀਂ ਕੋਈ ਬਿਲਕੁਲ ਜਿਹੜੀ ਇਲਾਕਾ ਕਾਨੂੰਨੀयत ਦਾ ਦੌਰ ਆ ਉਹ ਮੈਂ ਇਹ ਕਹਿਣੇ ਵੀ ਮبالਗਾ ਨਹੀਂ ਸਮਝਾ ਸੋਚਾਗਾ ਕਿ ਇੱਥੇ ਤਾਂ ਹੁਣ ਇੱਕ ਕਬਾਇਲੀ ਇਲਾਕੇ ਤੋਂ ਵੀ ਬਹੁਤ ਬੁਰਾ ਸਾਡੇ ਇਲਾਕੇ ਖਾਸ ਤੌਰ ਤੇ ਖਾਨਕਾ ਡੋਗਰਾ ਇਲਾਕੇ ਚ ਥਾਣਾ ਤਹਿਸੀਲ ਨਨਕਾਣਾ ਸਾਹਿਬ ਵਿੱਚ ਇਹ ਹੋ ਗਿਆ ਕਿ ਕੋਈ ਪੁੱਛਣ ਆਲੇ ਦੀ ਕੋਈ ਇਨਾਂ ਤੇ ਗ੍ਰਿਫਟ ਕਰਨ ਆਲੇ ਦੀ ਮੇਰੀ ਖਾਸ ਤੌਰ ਤੇ ਮੀਆਂ ਸ਼ੁਬਾਦ ਸ਼ਰੀਫ ਨਾਲ ਉਸ ਇਸਤਾਦਾਏ ਕਿ ਸਾਨੂੰ ਪਿਛਲੇ ਦੌਰ ਵਾਲਾ ਮੀਆਂ ਸ਼ੁਬਾਦ ਸ਼ਰੀਫ ਚਾਹੀਦਾ ਹੁਣ ਦਾ ਇੱਕ जरा शहबाज शरीफ है वो साढ़े नाकबिल कबूल है और बंदे तंग आके बंदे इन्हों दो पार्टियां तो तंग आके तीसरी तीसरी पार्टी वाल वेख रहे हैं कि शायद सात कोई साड़ी अल्लाह साह तय जाते बनाए बिस्मिल्लाह रहमान रहीम ਮੈਂ ਆਂਬਲ ਬਾਬਾ ਅਜੀ ਸ਼ਬੀਰ ਸੈਨ ਵਲਗਨਸਾਨਾ ਚੱਕ ਨੰਬਰ 1 ਕਾਰਬੀ ਤੋਂ ਬੋਲ ਰਿਹਾ ਸਰਕਾਰ ਸਾਡੇ ਜਿਹੜੇ ਮਸਾਇਲ ਜ਼ਿੰਮੇਦਾਰਾਂ ਦੇ ਨੇ ਉਹ ਕੋਈ ਢਕੇ ਛੁਪੇ ਮਸਾਇਲ ਨਹੀਂ ਬਿਲਕੁਲ ਖੁੱਲੇ ਜਾ ਤੇ ਵਾਜ਼ਿਹਾ ਨੇ ਸਾਡੇ ਜਿਹੜੀਆਂ ਹਕੂਮਤਾਂ ਬੈਠੀਆਂ ਨੇ ਜੋ ਖਾਦ ਦੇ ਇੰਚਾਰਜ ਨੇ ਉਹਨਾਂ ਨੂੰ ਵੀ ਪਤਾ ਹੈ ਤੇ ਜਿਵੇਂ ਅਸੀਂ ਖਾਦ ਲੈ ਰਹੇ ਹਾਂ ਉਹ ਸਾਨੂੰ ਜਨਾਬ ਪਤਾ ਹੈ ਕਿ ਧੱਕੋ ਧੱਕੀ ਸਿਰ ਪਾੜ ਕੇ ਆਪਸ ਵਿੱਚ ਅਸੀਂ ਜਨਾਬ ਖਾਦ ਲੈ ਲੈਂਦੇ ਹਾਂ ਬਾਕੀ ਬਾਕੀ ਸਾਡੇ ਜਿਹੜੇ ਮਸਾਇਲ ਨੇ ਸਾਡੇ ਰਾਹ ਵੇਖੋ ਨਾ ਤੁਸੀਂ ਇਸ ਕਾਬਲ ਜ਼ਿੰਮੇਦਾਰ ਲੋਗ ਉਹਨਿਆਂ ਕਿ ਸਾਡੇ ਕੋਲ ਕੋਈ ਸਵਾਰੀਆਂ ਨੇ ਜਾਂ ਕਿ ਅਸੀਂ ਉਹਨਾਂ ਦੇ ਉੱਤੇ ਨਹੀਂ ਸਾਡੇ ਕੋਲ ਡਾਕਟਰ ਕੋਈ ਗਵਰਨਮੈਂਟ ਦਾ ਹੁੰਦਾ ਨਹੀਂ ਜਨਾਬ ਉਸਤਾਦ ਸਾਡੇ ਬੱਚੇ ਜਿਹੜੇ ਨੇ ਉਹ ਅਨਪਾੜੇ ਰਹਿ ਜਾਂਦੇ ਨੇ ਸਾਡੀਆਂ ਜਿਹੜੀਆਂ ਪਰੇਸ਼ਾਨੀਆਂ ਨੇ ਰਾਵਾਂ ਦੀਆਂ ਬਿਜਲੀ ਦੀਆਂ ਤੇਲ ਦੀਆਂ ਆਪਣਾ ਖਾਦ ਦੀਆਂ ਸਰ ਇਹਨਾਂ ਤੋਂ ਅਸੀਂ ਬਹੁਤ ਪਰੇਸ਼ਾਨ ਹਾਂ ਜਿਸ ਤਰ੍ਹਾਂ ਭਾਈ ਉਮਰ ਫਰੂਕ ਨੇ ਪਹਿਲੇ فرمایا ਉਹਨਾਂ ਬਿਲਕੁਲ ਠੀਕ ਆ ਕਿ ਜਿਹੜੇ ਚੋਰ ਨੇ ਜਨਾਬ ਇਹਨਾਂ ਤੇ ਜਾਂਦੇ ਪਿਆ ਤਾਂ ਅਸੀਂ ਕਲਮੇ ਕਲਾਮ ਤੁਮਣੇ ਸ਼ਹਿਰ ਨਹੀਂ ਪਹੁੰਚ ਸਕਦੇ ਕਿਸਾਨ ਕੋਈ ਲੁੱਟ ਨਾ ਲਵੇ ਸਾਡੀਆਂ ਦੀਆਂ ਪੈਣਾ ਦੀਆਂ ਇੱਜ਼ਤਾਂ ਮਫੂਜ਼ ਨਹੀਂ ਉਹਨਾਂ ਦੇ ਕੰਨਾਂ ਦੇ ਵਿੱਚੋਂ ਲੋਕ ਸੋਨਾ ਚੱਕ ਲੈਂਦੇ ਨੇ ਕੋਈ ਇਹ ਪਰੇਸ਼ਾਨੀਆਂ ਦਾ ਹਾਲ ਜਿਹੜਾ ਹਕੂਮਤ ਹੀ ਕਰਨਾ ਹੈ ਲੇਕਿਨ ਨਾ ਇਹਦਾ ਮੀਡੀਆ ਜ਼ਿੰਮੇਦਾਰ ਹੈ ਨਾ ਹਕੂਮਤ ਹੈ ਅਸੀਂ ਆਵਾਮ ਦੀ ਖੁਦ ਜ਼ਿੰਮੇਦਾਰ ਹਾਂ ਕਿ ਸਾਡਾ ਚੋਣ ਹੋਈ ਇਸ ਕਿਸਮ ਦਾ ਹੁੰਦਾ ਸਰਕਾਰ ਕਿ ਸਾਨੂੰ ਕੋਈ ਪਤਾ ਨਹੀਂ ਹੁੰਦਾ ਅਸੀਂ ਕੀ ਕਰ ਰਹੇ ਹਾਂ ਕੀ ਨਹੀਂ ਕਰ ਰਹੇ ਦੂਸਰੀ ਬਾਤ ਇਹ ਸਰਕਾਰ ਕੇ ਬਿਜਲੀ ਦਾ ਇਹ ਹਾਲ ਹੈ ਕਿ ਬੱਚੇ ਜਦੋਂ ਸਕੂਲ ਜਾਂਦੇ ਨੇ ਉਹ ਆਪਣੀ ਫਾਰਮ ਇਸਤਰੀ ਨਹੀਂ ਕਰ ਸਕਦੇ ਸਾਨੂੰ ਜ਼ਿੰਮੇਦਾਰਾਂ ਸਾਨੂੰ ਖਾਦ ਅਸੀਂ ਛੱਟ ਦਿੰਨੇ ਆ ਉਹ ਆਂਦੇ ਨੇ ਜੀ ਹਵਾ ਤੋਂ ਬਣਦੀ ਸੰਤ ਪਤਾ ਨਹੀਂ ਇਹ ਸਹਿਸ ਵਾਲਿਆਂ ਨੂੰ ਪਤਾ ਹੈ ਸਾਡੀ ਖਾਦ ਉੱਡ ਜਾਂਦੀ ਸਾਡਾ ਪਾਣੀ ਟਿਊਬਲ ਚੱਲਦਾ ਹੀ ਨਹੀਂ ਪਾਣੀ ਨਹੀਂ ਪੂਰਾ ਆਉਂਦਾ ਜਨਾਬ ਦੂਸਰੀ ਗੱਲ ਇਹ ਕਿ ਬਿਜਲੀ ਜਿਹੜੀ ਇਹਦਾ ਪਤਾ ਹੀ ਕੋਈ ਨਹੀਂ ਅਸੀਂ ਤਾਂ ਹੱਥੇ ਲਾ ਲੈ ਸਰਕਾਰ ਤੇ ਪੱਠੇ ਕੁੱਤਰਨੇ ਆ ਮਾਲ ਮੁਆਸ਼ੀ ਸਾਡਾ ਭੁੱਖਾ ਮਰ ਗਿਆ ਬਿਸਮਿਲਲਾ ਰਹਿਮਾਨ ਰਹੀਮ ਮੇਰਾ ਨਾਮ ਸੁਲਤਾਨ ਅਹਿਮਦ ਹੈ ਮੈਂ ਬਲਗਣ ਸਾਣਾ ਚੱਕੇ ਕਾਰਬੀ ਤੋਂ ਬੋਲ ਰਿਹਾ ਹਾਂ ਜਨਾਬ ਵਾਲੇ ਇੱਥੇ ਮੀਡੀਆ ਵਾਲੇ ਸਾਡੇ ਕੋਲ ਆਪਣਾ ਪ੍ਰੋਗਰਾਮ ਲੈ ਕੇ ਆਉਣ ਉਹਨਾਂ ਨੇ ਅਸੀਂ ਆਪਣੀਆਂ ਤਕਲੀਫਾਂ ਜਿਹੜੀਆਂ ਨੂੰ ਦੱਸ ਰਹੇ ਆ ਅਸੀਂ ਜੰਮੇ ਨਾਲ ਪੈਦਾ ਉਹਨਾਂ ਦੇ ਨਾਲ ਹੀ ਤਕਲੀਫਾਂ ਉਤਨੀ ਪੈਦਾ ਪਿੰਡਾਂ ਚ ਸਾਡਾ ਕੋਈ ਇੱਥੇ ਇੰਜ ਜਿਵੇਂ ਅਸੀਂ ਜਾਨਵਰ ਪੈਦਾ ਆਏ ਸਾਡੇ ਪਿੰਡ ਚ ਨਾਲ ਪਿੰਡੋਂ ਦਾ ਸਕੂਲ ਹੈ ਘਰ ਉੱਥੇ ਸਕੂਲ ਵੀ ਇਮਾਰਤ ਵੀ ਹੈ ਬੱਚੇ ਵੀ ਆਣ ਲੇਕਿਨ ਉੱਥੇ ਕੋਈ ਟੀਚਰ ਨਹੀਂ ਹੈ ਤੇ ਲੋਕ ਧੱਕੇ ਲੈ ਕੇ ਦੂਰ ਦੂਰ ਆਪਣੇ ਬੱਚਿਆਂ ਨੂੰ ਜਿਹੜੇ ਆਪਣੇ ਵਸਾਇਲ ਨਾਲ ਆਪਣੇ ਆਪ ਨਾਲ ਜਬਰ ਕਰਦੇ ਪੈਨ ਇਸ ਤਕਲੀਫ ਤੋਂ ਪਿੱਛੇ ਇਹ ਸਾਡੇ ਜ਼ਿੰਮੇਦਾਰੇ ਦਾ ਇਹ ਹਾਲ ਹੈ ਜੀ ਭਈ ਜਿਸ ਵਕਤ ਖਾਦ 600 ਰੁਪਏ ਤੋਂ ਆਈ ਤੂੰ ਮੁੰਜੀ ਕਣਕ ਦਾ ਇਹ ਰੇਟ ਹੈ ਖਾਦ ਜਿਹੜੀ ਹੈ ਉਹ ਬਲੈਕ ਚ 2000 2200 ਨੂੰ ਹੈ ਤੇ ਮੁੰਜੀ ਦਾ ਉਹ ਰੇਟ ਹੀ ਹੈ ਡੀਪੀ ਜਿਹੜੀ ਹੈ ਇਹ 17 1800 ਰੁਪਏ ਦਾ ਰੇਟ ਜਿੰਸ ਦਾ ਹੀ ਰੇਟ ਆ ਅੱਜ ਉਹ 4000 ਨੂੰ ਪਹੁੰਚ ਗਈ ਹੈ ਤੇ ਜਿੰਸ ਦਾ ਉਹ ਹੀ ਰੇਟ ਹੈ ਬਿਜਲੀ ਦੇ ਬਿੱਲ ਜਿਹੜੇ ਨੇ ਉਹ ਅੱਜ ਤੋਂ ਕਈ ਗੁਣੇ ਅੱਗਾ ਨਿਕਲ ਗਏ ਡੀਜ਼ਲ 56 ਰੁਪਏ ਆਤੇ ਰੇਟ ਆ ਡੀਜ਼ਲ 100 ਰੁਪਏ ਹੋ ਗਿਆ ਤੋਂ ਹੀ ਰੇਟ ਹੈ ਅਸੀਂ ਚੱਕੀ ਦੇ ਵਿੱਚ ਪਿਸਦੇ ਪਏ ਆ ਖੁਦਾ ਰੱਬ ਸਾਨੂੰ ਵੀ ਆਪਣੀ عوام ਜਾਂ ਆਪਣੇ ਮੁਲਕ ਦੇ ਬਸ਼ਿੰਦੇ ਸਮਝ ਕੇ ਹਕੂਮਤ ਕੋ ਮਿਹਰਬਾਨੀ ਕਰੇ ਕੋ ਸਾਡਾ ਥੋੜਾ ਬੈਲੈਂਸ ਹੋਵੇ ਬਸ ਅਸੀਂ ਹੁਣ ਮਰਦੇ ਪਏ ਨਾ ਜੀਵਿਆ ਨ ਮਰੀਏ ਸਾਨੂੰ ਇਹ ਸਾਲ ਤੇ ਚ ਵੀ ਜ਼ਿੰਦਗੀ ਕਬੂਲ ਹੈ ਮਿਹਰਬਾਨੀ ਕਰਕੇ ਤੇ ਦੇਖੋ ਨਜ਼ਰਸਾਨੀ ਕਰੋ ਅਸੀਂ ਪਾਕਿਸਤਾਨ ਦੀ عوام ਆ ਇਹ ਮੁਲਕ ਨਾ ਛੱਡ ਕੇ ਕਿਦਾਂ ਜਾ ਸਕਨੇ ਆ ਸਾਨੂੰ ਵੀ ਅਜ਼ੀਜ਼ ਇੱਥੇ ਪੈਦਾ ਆਏ ਆ ਤੇ ਇੱਥੇ ਰਹਿਣ ਵਿੱਚ ਸਾਡੀ ਵਾਸਤੇ ਇੱਕ ਮਸਲਾ ਬਣਿਆ ਆ ਕਿਸੀਂ ਆਪਣੇ ਬੱਚੇ ਸਹੀ ਤਰੀਕੇ ਨਾਲ ਪੜਾ ਸਕਨੇ ਆ ਨਾ ਪੜ ਸਕਨੇ ਆ ਤੇ ਖਾਸ ਕਰਕੇ ਜ਼ਿੰਮੇਦਾਰਾਂ ਨਾਲ ਪੂਰੀ ਦੁਸ਼ਮਣੀ ਹੈ ਹਕੂਮਤ ਦੀ ਇਹ ਨਹੀਂ ਸਮਝ ਆਉਂਦੀ ਕਿ ਜ਼ਿੰਮੇਦਾਰਾਂ ਦੇ ਵਿੱਚੋਂ ਹੀ ਲੋਕ ਜਿਹੜੇ ਨੇ ਅਸੈਂਬਲੀਆਂ ਜਾਂਦੇ ਨੇ ਉੱਥੇ ਜਾ ਕੇ ਉਹਨਾਂ ਦੇ ਹੱਥ ਖੁੱਲੇ ਹੋ ਜਾਂਦੇ ਨੇ ਪਿਛਲੇ ਹਾਲਾਤ ਉਹਨਾਂ ਨੂੰ ਭੁੱਲ ਜਾਂਦੇ ਨੇ ਕਿ ਪਿੱਛੇ ਸਾਡੇ ਦੂਜੇ ਭਰਾਵਾਂ ਦਾ ਕੀ ਹਾਲ ਚਾਲ ਹੈ ਸਮਝੋ ਬੇ ਇਸ ਮੁਲਕ ਦੇ ਹੀ ਬੰਦੇ ਨੇ ਇਹਨਾਂ ਦਾ ਜੀਣਾ ਮਰਨਾ ਇਸ ਮਿੱਟੀ ਨਾਲ ਹੀ ਹੈ ਤੇ ਸਾਡੀਆਂ ਸਾਹਾਂ ਤੰਗ ਹੋ ਗਈਆਂ ਸਾਡੇ ਨਾਲ ਕੋ ਖੁਦਾ ਰਾ ਤਰਸ ਕਰੋ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਮੇਰਾ ਨਾਮ ਤਨਵੀਰ ਅਹਿਮਦ ਹੈ ਤੇ ਮੈਂ ਇੱਕ ਸਟੂਡੈਂਟ ਹਾਂ ਮੈਂ ਅੱਜ ਕੱਲ ਦੇ ਹਾਲਾਤ ਤੋਂ ਬੜਾ ਪਰੇਸ਼ਾਨ ਹਾਂ ਇਸ ਟਾਈਮ ਮੁਲਕ ਵਿੱਚ ਬਦ ਅਮਨੀ ਕਿਧਰੇ ਰਹਿਣ ਦਾ ਕੋਈ ਤਰੀਕਾ ਕਾ ਨਹੀਂ ਇਤਨੀ ਜ਼ਿਆਦਾ ਮਹਿੰਗਾਈ ਹੋ ਚੁੱਕੀ ਹੈ ਕਿ ਤੁਸੀਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਨਹੀਂ ਜਾ ਸਕਦੇ ਮੈਂ ਲਾਹੌਰ ਪੜਨਾ ਤੇ ਉੱਥੇ ਮੇਰੇ ਰਹਿਣਾ ਬਹੁਤ ਮੁਸ਼ਕਲ ਹੋ ਗਿਆ ਹੈ ਇਤਨੀ ਜ਼ਿਆਦਾ ਮਹਿੰਗਾਈ ਹੈ ਤੁਸੀਂ ਰਹਿਣਾ ਨਹੀਂ ਕਿ ਤੁਸੀਂ ਦੋ ਵਕਤ ਦੀ ਰੋਟੀ ਨਹੀਂ ਖਾ ਸਕਦੇ ਕੋਈ ਕਿਧਰੇ ਹਕੂਮਤ ਨਜ਼ਰ ਨਹੀਂ ਆਉਂਦੀ ਹਰ ਜਗ੍ਹਾ ਤੇ ਬਦਮਨੀ ਹੈ ਤੇ ਇਸ ਟਾਈਮ ਸਾਡਾ ਜਿਹੜਾ ਇਲਾਕਾ ਹੈ ਇਹਦੇ ਵਿੱਚ ਰਸਾਗਿਰੀ ਚੋਰੀ ਆਮ ਹੋ ਗਈ ਹੈ ਬਿਲਕੁਲ ਇੰਜ ਜਿਵੇਂ ਕੋਈ ਬੰਦੇ ਨੇ ਨਹੀਂ ਮਾਰ ਕੇ ਚਲੇ ਜਾਂਦੇ ਜਿਵੇਂ ਕੋਈ ਜਾਨਵਰ ਨੂੰ ਮਾਰ ਦਿੱਤਾ ਜਾਂਦਾ ਸਾਡੇ ਮੁਲਕ ਅਗਵਾਏ ਬਰਾਏਤਵਾਨ ਖਾਸ ਤੌਰ ਤੇ ਖਾਨਗਾ ਡੋਗਰਾ ਤੂੰ ਸੁਕੇ ਕੀ ਮੰਡੀ ਤੱਕ ਬਿਲਕੁਲ ਆਮ ਹੈ ਹਰ ਕੋਈ ਬੰਦਾ ਜਿੰਦਾ ਦਿਲ ਕਰਦਾ ਕਿਸੇ ਨੂੰ ਚੁੱਕ ਕੇ ਲੈ ਜਾਂਦਾ ਅਸੀਂ ਇਸ ਵਜ੍ਹਾ ਤੋਂ ਬਹੁਤ ਪਰੇਸ਼ਾਨ ਹਾਂ ਬਹੁਤ ਜ਼ਿਆਦਾ ਲਾ ਕਾਨੂੰਨੀਆ ਤੇ ਸਾਡੇ ਮੁਲਕ ਵਿੱਚ ਸਾਡੇ ਕੋਲ ਦੋ ਪ੍ਰਾਇਮਰੀ ਸਕੂਲ ਨੇ ਇੱਕ ਗਰਲਜ਼ ਦੇ ਤੇ ਇੱਕ ਬॉयਜ਼ ਦੇ ਦੋਨਾਂ 'ਚ ਟੀਚਰ ਕੋ ਨਹੀਂ ਹੁੰਦੇ ਬੱਚੇ ਜਾਂਦੇ ਨੇ ਖੇਲ ਕੇ ਵਾਪਸ ਆ ਜਾਂਦੇ ਨੇ ਸਾਡਾ ਮਸਤਕਬਲ ਤਬਾਹ ਹੋ ਰਿਹਾ ਹੈ ਔਰ ਉਸ ਤੋਂ ਇਲਾਵਾ ਸਾਡੀ ਇੰਨੀ ਆਬਾਦੀ ਹੈ ਕਿ ਸਾਡੇ ਕੋਲ ਇੱਕ ਹਾਈ ਸਕੂਲ ਕਮਸ ਕਮ ਹੋਣਾ ਚਾਹੀਦਾ ਕਾਲਜ ਤੋਂ ਛੋੜ ਕੇ ਹਾਈ ਸਕੂਲ ਲਾਜ਼ਮੀ ਹੋਣਾ ਚਾਹੀਦਾ ਲੇਕਿਨ ਉਸਾਸਤੇ ਵੀ ਕੋਈ ਜਿਹੜੇ ਸਾਡੇ ਨੇ ਸਿਆਸਦਾਨ ਉਹ ਸਿਰਫ ਉਸ ਟਾਈਮ ਆਂਦੇ ਨੇ ਜਿਸ ਟਾਈਮ ਇਲੈਕਸ਼ਨ ਦਾ ਟਾਈਮ ਹੁੰਦਾ ਹੈ ਉਹ ਆ ਕੇ ਬਸ ਸਾਡੀਆਂ ਮਿੰਨਤ ਸਮਾਜਿਤ ਕਰਦੇ ਨੇ ਉਹਲੇ ਇੱਕ ਮਿਸਾਲ ਪਿਓ ਹੀ ਸਮਝ ਲੈਂਦੇ ਨੇ ਬੰਦੇ ਨੂੰ ਇੰਜ ਆ ਕੇ ਲੈਂਦੇ ਨੇ ਸਾਡੇ ਤੋਂ ਵੋਟ ਬਾਅਦ ਚ ਉਹ ਨਾ ਕਦੀ ਇਧਰ ਮੂੰਹ ਨਹੀਂ ਕੀਤਾ ਸਾਡੇ ਕੋਲ ਸਾਡੇ ਨਾਲ ਦੇ ਇਲਾਕੇ ਕਾਫੀ ਤਰੱਕੀ یافتਾ ਹੋ ਰਹੇ ਨਾ ਸਾਡੇ ਕੋਲ ਸੂਈ ਗੈਸ ਨਾ ਕੋਈ ਸੜਕਾਂ ਦਾ ਮੁਕੰਮਲ ਇੰਤਜ਼ਾਮ ਕੋ ਨਹੀਂ ਹੈ ਜੋ ਵੀ ਇਹ ਤੇ ਸੜਕਾਂ ਦਾ ਠੇਕਾ ਲੈਂਦਾ ਹੈ ਉਹ ਆਪਣੇ ਪੈਸੇ ਖਾ ਕੇ ਚਲਾ ਜਾਂਦਾ ਹੈ ਸਾਡੀਆਂ ਸੜਕਾਂ ਤੁਸੀਂ ਵੇਖੋ ਇਹ ਖੱਡੇ ਪੈ ਨ ਉਹਦੇ ਨਾਲ ਕੱਚੀ ਸੜਕ ਕੱਚੀ ਹੁੰਦੀ ਜਿੰਨੀ ਖਰਾਬ ਸਾਡੀਆਂ ਸੜਕਾਂ ਇਸ ਟਾਈਮ ਹੋ ਚੁੱਕੀਆਂ ਨੇ ਸੜਕ ਕਿਤੇ ਜਾਣਾ ਮੁਹਾਲ ਹੋ ਗਿਆ ਪਿੱਛੇ ਦੀ ਸਾਡੀ ਇੱਕ ਕਾਡ ਡਕੇਟੀ ਹੋ ਗਈ ਸੀ ਅਸੀਂ ਉਹਦੇ ਵਿੱਚ ਬਹੁਤ ਜ਼ਿਆਦਾ ਜ਼ਲੀਲ ਹੋਏ ਹਾਂ ਖੁਦਾ ਰਾ ਸਾਡੇ ਤੇ ਕੋਈ ਤਰਸ ਕੀਤਾ ਜਾਏ ਤੇ ਸਾਡੇ ਹਾਲਾਤ ਬਿਹਤਰ ਕੀਤੇ ਜਾਣ ਜੀ ਨਾਜ਼ਰੀਨ ਸਾਡੇ ਕਿਸਾਨ ਬੈਠਕ ਦਾ سلسلہ جاری ਹੈ ਲੇਕਿਨ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ ਅਸੀਂ ਇਸ ਕਿਸਾਨ ਬੈਠਕ ਦਾ ਬਾਕੀ ਹਿੱਸਾ ਤੁਹਾਡੀ ਖਿਦਮਤ ਚ ਕੱਲ ਪੇਸ਼ ਕਰਾਂਗੇ ਇਹਦੇ ਨਾਲ ਆਪਣੇ ਮੇਜ਼ਬਾਨ ਇਮਤੀਆਦ ﺍﻟदा ਬੁਖਾਰੀ ਨੂੰ ਇਜਾਜ਼ਤ ਦਿਓ ਰਾਬਰਕਾ ਅੱਲਾ ਬੇਲੀ बिस्मिल्लामरिम असलम नाजरीन प्रोग्राम अपना किसान अपनी जरात की किसान बैठक के नाल मैं तेजबान इम्तियाज अलताफ़ बुखारी नाजरीन अज्ज अं मौजूद हाँ मौजा वलगनसाना चक एक आर बी देे मौजूद ने इथों दे जिमीदार किसान मज़दूर जेडे जरात नाबस्ता ने अज असी ना गलबात करा ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਸ ਇਲਾਕੇ ਦੇ ਵਿੱਚ ਇਹਨਾਂ ਨੂੰ ਜ਼ਰਾਤ ਦੇ ਹਵਾਲੇ ਨਾਲ ਕਿਹੜੇ ਕਿਹੜੇ ਮਸਾਇਲ ਦਾ ਸਾਹਮਣਾ ਹੈ ਤੇ ਸਾਡੀ ਹਕੂਮਤ ਇਹਨਾਂ ਨਾਲ ਕਿੰਨਾ ਤਾਵਨ ਕਰਦੀ ਹੈ ਇਹਨਾਂ ਤੋਂ ਮਸਾਇਲ ਜਾਣਨ ਤੋਂ ਪਹਿਲੇ ਨਾਜ਼ਿਨ ਅਸੀਂ ਤੁਹਾਨੂੰ ਇੱਕ ਵੀਡੀਓ ਰਿਪੋਰਟ ਵਖਾਣੇ ਆ ਤੇ ਉਹਦੇ ਵਿੱਚ ਵਖਾਣੇ ਆ ਕਿ ਇੱਥੋਂ ਦੇ ਜ਼ਮੀਦਾਰ ਬਹੁਤ ਹੀ ਮਿਹਨਤੀ ਨੇ ਔਰ ਇਸ ਇਲਾਕੇ 'ਚ ਕਿਹੜੀ ਕਿਹੜੀ ਫਸਲਾਂ ਕਾਸ਼ ਕੀਤੀਆਂ ਜਾਂਦੀਆਂ ਨੇ ਨਾਜ਼ਿਨ ਆਹ ਰਿਪੋਰਟ ਵੇਖਣੇ ਦੀ ਨਾਦਰੀ ਤੁਸੀਂ ਇਸ ਇਲਾਕੇ ਦੇ متعلق ਵੀਡੀਓ ਰਿਪੋਰਟ ਵੇਖੀ ਤੇ ਹੁਣ ਅਸੀਂ ਇਸ ਇਲਾਕੇ ਦੇ ਕਿਸਾਨ ਤੇ ਜ਼ਿਮੀਦਾਰਾਂ ਨਾਲ ਗੱਲਬਾਤ ਕਰਨਿਆ ਕਿ ਉਹਨਾਂ ਨੂੰ ਇਸ ਇਲਾਕੇ ਦੇ ਵਿੱਚ ਜ਼ਰਾਤ ਦੇ ਹਵਾਲੇ ਨਾਲ ਕਿਹੜੇ ਕਿਹੜੇ ਮਸਾਇਲ ਦਾ ਸਾਹਮਣਾ ਹੈ ਅਸਲਾਮੁਅਲੈਕਮ ਜੀ ਮੇਰਾ ਨਾਮ ਸੈਫੁੱਲਾਹ ਵਰਗਨਸਾਣਾ ਚੱਕ ਨੰਬਰ 1 ਕਾਰਬੀ ਦਾ ਰਹਿਣਿਆ ਤੇ ਜਨਾਬ ਕਮਾਦ ਦੀ ਜਿਹੜੀ ਫਸਲ ਇੰਦੇ ਤੋਂ ਅਸੀਂ ਬੜੇ ਪਰੇਸ਼ਾਨ ਆ ਕਮਾਦ ਅਸੀਂ ਮਿਲ ਨੂੰ ਦਿੰਨੇ ਆ ਪੈਸੇ ਸਹੀ ਟਾਈਮ ਤੇ ਨਹੀਂ ਦਿੰਦੇ ਸਾਨੂੰ ਪੇਮੈਂਟ ਕਰਨ ਦੇ ਵੀ 15ਵੇਂ ਦਿਨ ਜਾਂ 20ਵੇਂ ਦਿਨ ਤੋਂ ਪਿਛਲੇ ਟਾਈਮ ਸ਼ਾਮ ਟਾਈਮ ਕਰ ਦਿੰਦੇ ਰਸਤੇ ਡਕੀਟੀ ਹੋ ਜਾਂਦੀ ਜਨਾਬ ਅਸੀਂ ਉਸ ਪੇਮੈਂਟ ਲਿਆਉਣ ਤੋਂ ਘਰ ਪਹੁੰਚਾਉਣ ਤੋ ਬੜੇ ਜ਼ਰੀਲ ਤੇ ਤੰਗ ਤੇ ਖੁਦਾਰਾ ਕੋਈ ਇੰਦਾ ਬੰਦੋਬਸਤ ਕੀਤਾ ਜਾਏ ਸਾਨੂੰ ਬਿਜਲੀ ਦੀ ਬੜੀ ਪ੍ਰੋਬਲਮ ਹੈ ਸਾਨੂੰ ਇੱਕ ਤਾਂ ਜ਼ਿਆਦਾ ਬਿੱਲ ਗਲਦੇ ਨੇ ਦੂਸਰਾ ਬਿਜਲੀ ਨਹੀਂ ਆਉਂਦੀ ਉਸ ਮਸਲੇ ਤੁਸੀਂ ਆਪਣੇ ਡੰਗਰਾਂ ਨੂੰ ਪਾਣੀ ਪਿਵਾਣ ਤੂੰ ਮਜਬੂਰ ਆ ਆਪਣੇ ਬੱਚਿਆਂ ਨੂੰ ਰਾਤ ਹਨੇਰੇ ਚ ਅਸੀਂ ਖਾਣਾ ਖਵਾਣ ਤੇ ਮਜਬੂਰ ਆ ਦੂਜੇ ਨੰਬਰ ਤੇ ਅਸੀਂ ਆਪਣੀ ਫਸਲ ਸਰਾਬ ਨਹੀਂ ਕਰ ਸਕਦੇ ਤੀਸਰਾ ਰਹਿ ਗਿਆ ਜੀ ਖਾਦ ਦਾ ਮਸਲਾ ਖਾਦ ਸਾਨੂੰ ਬਲੈਕ ਹੈ ਲੱਭਦੀ ਹੈ ਖਾਦ ਦਾ ਗਵਰਨਮੈਂਟ ਦਾ ਰੇਟ ਕੁਝ ਹੁੰਦਾ ਤੇ ਸਾਨੂੰ ਹੁਣ ਇਸ ਟਾਈਮ ਵੀ 21800 ਤੋਂ ਸੁੱਕੇ ਕੀ ਖਾਨਗਾ ਡੋਗਰਾ ਤੂੰ ਖਾਦ ਲੱਭਦੀ ਪਈਏ ਸਾਰੇ ਟੁੱਟੇ ਬੰਨੇ ਰਾਹ ਨੇ ਉਸ ਤੋਂ ਅਟਕੇ ਡੀਜ਼ਲ ਮਹਿੰਗਾ ਹੈ ਅਸੀਂ ਕੋਈ ਕਮਿਨੀ ਜ਼ਿਮੀਦਾਰ ਕਿਸੇ ਤਰੀਕੇ ਨਾਲ ਹੀ ਕਰ ਸਕਦੇ ਆ ਗਵਰਨਮੈਂਟ ਤੇ ਅਪੀਲ ਹੈ ਸਾਡੀ ਜੀ ਕਿ ਉਹ ਮਿਹਰਬਾਨੀ ਕਰਨ ਕੋਈ ਜ਼ਿਮੀਦਾਰ ਨੂੰ ਰਿਲੀਫ ਦੇਣ ਸਾਨੂੰ ਰਾਹ ਦੇਣ ਸੂਈ ਗੈਸ ਦਾ ਮਸਲਾ ਸਾਡੇ ਕੋਲ ਗੈਸ ਨਹੀਂ ਹੈ ਅਸੀਂ ਗੋਏ ਬਾੜਨ ਤੇ ਮਜਬੂਰ ਆਂ ਅਸਲਾਮੁਅਲੈਕਮ ਜੀ ਮੇਰਾ ਨਾਮ ਜਾਦ ਹੈ ਮੈਂ ਵਲਕਨਸਾਣਾ ਚੱਕ ਨੰਬਰ 1 ਕਰ ਵੀ ਤੋਂ ਗੱਲ ਕਰਦਾ ਪਿਆ ਜੀ ਅਸੀਂ ਬਿਜਲੀ ਦੀ ਲੋਡ ਸ਼ਟਿੰਗ ਤੋਂ ਬਹੁਤ ਜ਼ਿਆਦਾ ਤਾਂਗਾ ਜੀ ਨਾਕ ਬਿਜਲੀ ਆਂਦੀ ਹੈ 24 ਘੰਟੇ ਬਿਜਲੀ ਆਵੇ ਤੇ ਉਹਨੇ ਬਿਲ ਆਉਂਦਾ ਜੀ 1 ਘੰਟਾ ਵਿੱਚ 2 ਘੰਟਿਆਂ ਚ ਆਵੇ ਤੇ ਤਾਂ ਵੀ ਉਹਨੇ ਬਿਲ ਆ ਰਿਹਾ ਜੀ ਬਰਾਏ ਮਿਹਰਬਾਨੀ ਕਰਕੇ ਸਾਡੇ ਤੇ ਮਿਹਰਬਾਨੀ ਕੀਤੀ ਜਾਵੇ ਦੂਜੇ ਨੰਬਰ ਤੇ ਖਾਦ ਨਹੀਂ ਮਿਲਦੀ ਡੀਜ਼ਲ 100 ਰੁਪਏ ਤੋਂ ਮਿਲ ਰਿਹਾ ਗੰਧਮ ਸਾਡੀ ਉਸੇ ਰੇਟ ਤੇ ਜਾ ਰਹੀ ਏ ਜਿਹੜਾ ਕਦੀ 50 ਰੁਪਏ ਅੰਦਾ ਉਸ ਤੋਂ ਇਲਾਵਾ اٹਕੇ ਸੜਕੋ ਗੈਸ ਕੋਈ ਨਹੀਂ ਸੂਈ ਗੈਸ ਦੀ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਰਸਤਾ ਕੋਈ ਨਹੀਂ ਕਿਸੇ ਕਿਸਮ ਦੀ ਕੋਈ ਸਾਨੂੰ ਸਹੂਲਤ ਜਾਂ ਕਿਸੇ ਕਿਸਮ ਦਾ ਵੀ ਕੋਈ ਸਾਡੇ ਤੇ ਮਿਹਰਬਾਨੀ ਨਹੀਂ ਹਕੂਮਤ ਕਰ ਰਹੀ ਨਾ ਕੋਈ ਆਉਂਦਾ ਨਾ ਜਾਂਦਾ ਨਾ ਕੋਈ ਸਾਡੇ ਕੋ ਆ ਕੇ ਸਾਡੇ ਕੋਲ ਬਾਰੇ ਪੁੱਛਦਾ ਵੀ ਕੀ ਤੁਹਾਡੀ ਤੰਗੀ ਏ ਕੀ ਮਸਹਿਲ ਏ ਕਿਸੇ ਕਿਸਮ ਦਾ ਵੀ ਕੋਈ ਰਿਲੀਫ ਆਨ ਨਹੀਂ ਦਿੱਤੀ ਜਾਂਦੀ ਜੈਸ ਟਾਈਮ ਇਲੈਕਸ਼ਨ ਆੜੇ ਆਉਂਦਾ ਹਰ ਕੋਈ ਆਉਂਦਾ ਜੀ ਕੀ ਤੁਹਾਨੂੰ ਮਸਲਾ ਏ ਕੀ ਮਸਹਿਲ ਏ ਉਹ ਜੇ ਪੁੱਛ ਕੇ ਟਰ ਜਾਂਦੇ ਨੇ ਫਿਰ ਆ ਕੇ ਸਾਡੇ ਨਾਲ ਵਾਦਾ ਕਰਕੇ ਜਾਂਦੇ ਨੇ ਜੀ ਇਹ ਕੰਮ ਕਰਾਂਗੇ ਉਹ ਵੀ ਨਹੀਂ ਆਂਦਾ ਜੀ ਨਾ ਆ ਕੇ ਸਾਡੇ ਨਾਲ ਕੋਈ ਗੱਲ ਕਰਦਾ ਨਾ ਬਾਤ ਕਰਦਾ ਇਹ ਮਿਹਰਬਾਨੀ ਕੀਤੀ ਜਾਵੇ ਕੋ ਸਾਡੇ ਬਾਰੇ ਵੀ ਸੋਚਿਆ ਜਾਵੇ ਫਰੂਕ ਭੱਟੀ ਚੱਕ ਇੱਕ ਬਲਗਨਸਾਨਾ ਤਹਿਸੀਲ ਸਫਤਰਾਬਾਦ ਜ਼ਿਲ੍ਹਾ ਸ਼ਹੀਖਪੁਰਾ ਮੈਂ ਆਪਣੇ ਲਾਈਫਸਟਾਕ ਦੇ ਮੁਤਲਕ ਕੁਝ ਬਾਰੂਦਾ ਪੇਸ਼ ਕਰਨਾ ਚਾਹਨਾ ਕਿ ਅਲਹਮਦੁਲਿਲਾ ਇਸ ਚੱਕ ਦੇ ਸਭ ਤੋਂ ਵੱਡੇ ਅਸੀਂ ਲਾਈਫਸਟਾਕ 홀ਡਰ ਆ ਜੀ ਸਾਡੇ ਕੋਲ ਬਹੁਤ ਜ਼ਿਆਦਾ ਅੱਲਾਹ ਤਾਲਾ ਦੇ ਫਜ਼ਲੋ ਕਰਮ ਨਾਲ ਮੁਸ਼ੀ ਨੇ ਲੇਕਿਨ ਬਦਕਿਸਮਤੀ ਨਾਲ ਸਾਡਾ ਰਕਬਾ ਦੋ ਜ਼ਿਲ੍ਹਾ ਦੀ ਬਾਉਂਡਰੀ ਦੇ ਉੱਤੇ ਮੌਜੂਦ ਹੈ ਬਾਵਜੂਦ ਕਿ ਅਸੀਂ ਸ਼ੇਖੂਪੁਰੇ ਦੇ ਵਿੱਚ ਆ ਲੇਕਿਨ ਖਾਨਗਾ ਡੋਗਰਾ ਵੈਟਰਰੀ ਹਸਪੀਟਲ ਕਦੀ ਸਾਨੂੰ ਆ ਕੇ ਸਾਡੇ ਡੱਗਰ ਨੂੰ ਵੈਕਸੀਨ ਇੰਜੈਕਸ਼ਨ ਨਹੀਂ ਲਗਾਏ ਅਸੀਂ ਉਸ ਦੇ ਬਜਾਏ ਸੁਕੇ ਕੀ ਕਸਨ ਨਜ਼ਦੀਕ ਵੀ ਪੈਂਦਾ ਉਥੋਂ ਡਾਕਟਰ ਲਿਆ ਕੇ ਤੇ ਉਹਨਾਂ ਦੀ ਹਾਲਾਂਕਿ ਡਿਊਟੀ ਵੀ ਨਹੀਂ ਹੁੰਦੀ ਨਾ ਕੋਈ ਇੱਥੇ ਸੈਮੀਨੇਸ਼ਨ ਆ ਤੇ ਸਾਨੂੰ ਅਵੇਲੇਬਿਲਟੀ ਹੈ ਖਾਨਗਾ ਡੋਗਰਾ ਤੋਂ ਔਰ ਉਸ ਦੇ ਵਜ੍ਹਾ ਤੋਂ ਅਸੀਂ ਦੂਰ ਦਰਾਡੇ ਸ਼ਹਿਰਾਂ 'ਤੇ ਜਾ ਕੇ आर्टिफिशियल सेमिनेशन करवाने ਆਪਨੇ ਡਗਰਾਂ ਨੂੰ ਮੈਂ ਵੈਟਰਨਰੀ ਹੈਲਥ ਅਫੀਸਰ ਸ਼ੇਖੂਪੁਰਾ ਨੂੰ ਇਸਤਾਜ਼ਾ ਕਰਾਂਦਾ ਕਿ ਆਪਣੇ ਇਸ ਵੈਟਰਨਰੀ ਹਸਪੀਟਲ ਖਾਨਕਾ ਡੋਗਰਾਂ ਨੇ ਐਡਵਾਈਸ ਕਰਨ ਕਿ ਉਹ ਸਾਨੂੰ ਵੀ ਕਿਉਂਕਿ ਅਸੀਂ ਇਸ ਖਾਨਕਾ ਡੋਗਰਾਂ ਥਾਣੇ 'ਚ ਹੀ ਰਹਿਣ ਵਾਲੇ ਇੱਕ ਚੱਕ ਕੇ ਕਾਰ ਵੀ ਥਾਣਾ ਖਾਨਕਾ ਡੋਗਰਾਂ 'ਚ ਸਾਡੇ ਤੇ ਰਹਿਮ ਕਰਨ ਔਰ ਕਦੀ ਲੱਕਦੀ ਆ ਕੇ ਅਸਬੇ ਜ਼ਰੂਰ ਜਿਹੜੇ ਉਹ ਵੈਕਸੀਨੇਸ਼ਨ ਕਰੇ ਅਗਰ 75% ਆਬਾਦੀ ਗੁਰਬਤ ਦੀ ਲਕੀਰ ਤੇ نیچے ਜ਼ਿੰਦਗੀ گزارਦੀ ਰਹੀ ਤੇ ਕਦੀ ਵੀ ਇਹ ਮੁਲਕ ਤਰੱਕੀ ਨਹੀਂ ਕਰੇਗਾ ਔਰ ਕਦੀ ਵੀ ਇਹ ਮੁਲਕ ਖੁਸ਼ਹਾਲ ਨਹੀਂ ਹੋਏਗਾ ਆਬਾਦੀ ਜਿਹੜੀ ਜ਼ਿਆਦਾ ਹੈ ਉਹਦੇ ਤੇ ਉਹਨੂੰ ਇਗਨੋਰ ਕਰਦੇ ਨੇ ਹਾਲਾਂਕਿ ਨਾ ਸ਼ਰੀਅਤ ਵਿੱਚ ਨਾ ਆਇਨ 73 ਦੇ ਆਇਨ ਦੇ ਵਿੱਚ ਪਿੰਡ ਦੀ ਔਰ ਸ਼ਹਿਰ ਦੀ ਕੋਈ ਜਿਹੜੀ ਹੈ ਉਹ ਦੂਸਰਾ ਤਕਸੀਮ ਹੈ ਸਾਨੂੰ ਲੋਡ ਸ਼ੈਡਿੰਗ ਵੀ ਜ਼ਿਆਦਾ ਔਰ ਦੂਸਰਾ ਲੀਬ ਵੀ ਜਿਹੜੇ ਉਹ ਸ਼ਹਿਰ ਲੈ ਜਾਂਦੇ ਨੇ ਹਾਲਾਂਕਿ ਅਸਾਂ ਕਮਾਉਣਾ ਹੈ ਤੇ ਸ਼ਹਿਰੀਆਂ ਖਾਣਾ ਹੈ ਅਸੀਂ ਨਾ ਕਮਾਵਾਂਗੇ ਤੇ ਸ਼ਹਿ ਮੁਲਕ ਦੀ ਜਿਹੜੀ ਅਜ ਵਾਫਰ ਮਿਕਦਾਰ ਗੰਦਮ ਪੈਦਾ ਹੋਈ ਇਹ ਬਿਲਕੁਲ ਥੱਲੇ ਆ ਜਾਏਗੀ ਸਾਡਾ ਵੀ ਇੱਕਾ ਤੁਸੀਂ ਵੇਖਿਆ ਕਿ ਅਸੀਂ ਜ਼ਿੰਮੇਦਾਰ ਜੇ ਕਮਾ ਤੂੰ ਹੱਥ ਖਿੱਚ ਲੈਨੇ ਤੇ ਇਸ ਮੁਲਕ ਹੀ ਬੁਰਾਨ ਪੈ ਜਾਂਦਾ ਹੈ ਜੇ ਕਣਕ ਤੂੰ ਬੁਰਾ ਆਪਣਾ ਹੱਥ ਖਿੱਚ ਲੈਨੇ ਆ ਤੇ ਇਸ ਮੁਲਕ ਜਾਟਾ ਨਹੀਂ ਲੱਭਦਾ ਤੇ ਸਾਡੇ ਨਾਲ ਸੁਤੀਲੀ ਮਾਲ ਸਲੂਕ ਨਾ ਕਰੋ ਕਿ ਅਸੀਂ ਕੋਈ ਰਾਸ ਕਦਮ ਉਠਾਉਣ ਤੇ ਮਜਬੂਰ ਨਾ ਹੋ ਜਾਈ। ਬismillahirrahmanirrahim। ਮੇਰਾ ਨਾਮ ਤਾਰਿਕ ਮਹਿਮੂਦ ਅਜਜ਼ ਹੈ ਜੀ। ਤੇ ਸਾਫੀ ਔਰ ਸਮਾਜੀ ਕਾਰਕੁਨਾ ਐਲਮੀਆ ਕਿ ਸਾਡੇ ਇਲਾਕੇ ਨੂੰ ਦੋ ਹਿੱਸਿਆਂ 'ਚ ਤਕਸੀਮ ਕਰ ਦਿੱਤਾ ਗਿਆ। ਸਾਨੂੰ ਅਜ ਤੱਕ ਇਹ ਹੀ ਪਤਾ ਨਹੀਂ ਲੱਗਾ ਕਿ ਅਸੀਂ ਜ਼ਿਲ੍ਹਾ ਸ਼ਹੀਪੁਰਾ ਚਾਂ ਜਾਂ ਜ਼ਿਲ੍ਹਾ ਨਨਕਾਨੇ ਦੇ ਵਿੱਚਾਂ। ਸਾਡਾ ਇੱਕ ਅੱਧਾ ਮਹਿਕਮਾ ਜ਼ਿਲ੍ਹਾ ਸ਼ਹੀਪੁਰ ਨਾਲ ਰਿਲੇਟਡ ਹੈ। ਬਾਕੀ ਸਾਡੇ ਸਾਰੇ ਮਹਿਕਮੇ ਜਿਹੜੇ ਨਨਕਾਨੇ ਨਾਲੇ। ਅਸੀਂ ਕਿਸੇ ਮਹਿਕਮੇ ਕੋ ਜਾਣੇ ਆ। ਤੇ ਜ਼ਰੂਰਤਾਂ ਲੈ ਕੇ ਲੋਕ ਜਾਂਦੇ ਨੇ ਤੇ ਉਹ ਕਹਿੰਦੇ ਨੇ ਕਿ ਤੁਹਾਡਾ ਜ਼ਿਲ੍ਹਾ ਨਨਕਾਣਾ ਹੈ ਜੇ ਵਿਚਾਰੇ ਸਫ਼ਰ ਕਰਕੇ ਨਨਕਾਣੇ ਜਾਂਦੇ ਨੇ ਤੋ ਤੇ ਆਉਂਦੇ ਨੇ ਉਹ ਆਉਂਦੇ ਨੇ ਤੁਹਾਡਾ ਜ਼ਿਲ੍ਹਾ ਸ਼ੇਉਪੁਰਾ ਸਾਡੇ ਕੋ ਕਿ ਲੈਣ ਆਏ ਹੋ ਇਹ ਵਿਚਾਰੇ ਫੁੱਟਬਾਲ ਬਣੇ ਨੇ ਦੋ ਜ਼ਿਲ੍ਹਿਆਂ ਦੇ ਦਰਮਿਆਨ ਮੇਰੀ ਵਜ਼ੀਰ ਇਲਾ ਸ਼ਬਾਸ਼ ਸ਼ਰੀਫ ਨਾਲ ਗੁਜ਼ਾਰਿਸ਼ ਹੈ ਕਿ ਬਰਾਏ ਮਿਹਰਬਾਨੀ ਸਾਨੂੰ ਕਿਸੇ ਇੱਕ ਪਾਸੇ ਠੱਕਾ ਦਿਓ ਜਾਂ ਜ਼ਿਲ੍ਹਾ ਨਨਕਾਣੇ ਚ ਦੇ ਦਿਓ ਜਾਂ ਜ਼ਿਲ੍ਹਾ ਸ਼ੇਉਪੁਰ ਚ ਦੇ ਦਿਓ ਗੁਜ਼ਾਰਿਸ਼ ਇਹ ਹੀ ਹੈ ਕਿ ਇਹਨਾਂ ਲੋਕਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਜ਼ਿਲ੍ਹਾ ਸ਼ੇਉਪੁਰ ਨਾ ਰਹਿਣਾ ਚਾਹੁੰਦੇ ਨੇ ਸਾਨੂੰ ਜ਼ਿਲ੍ਹਾ ਸ਼ੇਉਪੁਰ ਚ ਰੱਖਿਆ ਜਾਏ ਸਾਡੇ तमाम ਉਹ ਜ਼ਿਲ੍ਹਾ ਸ਼ਹਿੂਪੁਰਾ ਦੇ ਵਿੱਚ ਸ਼ਾਮਿਲ ਕੀਤੇ ਜਾਣ ਤੇ ਬਾਕੀ ਇਸ ਇਲਾਕੇ ਦੀ ਬਦਬਖਤੀ ਇਹ ਹੈ ਕਿ ਚੋਰੀ ਡਕੀਤੀ ਇੱਥੇ ਆਮ ਹੈ ਅਮਨੋ ਮਾਨ ਦੀ ਸੁਰਤ ਹੈ ਬਹੁਤ ਜ਼ਿਆਦਾ ਖਰਾਬ ਹੈ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਯੂਸਰ ਨਹੀਂ ਇੱਕ ਹਸਪਤਾਲ ਹੈ ਉਹਦੇ ਵਿੱਚ ਵੀ ਦਵਾਈਆਂ ਜਿਹੜੀਆਂ ਨੇ ਉਹ ਬਾਜ਼ਾਰੋਂ ਲੈ ਕੇ ਜਾਣਾ ਪੈਂਦੀਆਂ ਨੇ ਇੱਥੇ ਕੋਈ ਕਿਸੇ ਕਿਸਮ ਦੀ ਇੱਕ ਐਂਬੂਲੈਂਸ ਹੈ ਉਹਦਾ ਕਦੀ ਟਾਇਰ ਨਹੀਂ ਹੁੰਦਾ ਕਦੀ ਉਹਦਾ ਡਰਾਈਵਰ ਨਹੀਂ ਹੁੰਦਾ ਇਹ ਛੋਟੇ-ਛੋਟੇ ਇਲਾਕੇ ਵਾਲੇ ਵਿਚਾਰੇ ਜਿੰਨੀ ਦੇਰ ਤੱਕ ਆਪਣਾ ਮਰੀਜ਼ ਖਾਨਕਾ ਡੋਗਰਾਂ ਲਿਜਾਣਦੇ ਨੇ ਉਹਨੀ ਦੇਰ ਤੱਕ ਰਸਤੇ ਦੇ ਵਿੱਚ ਉਹ ਵਿਚਾਰਾ ਫੌਤ ਹੋ ਜਾਂਦਾ ਰਸਤੇ ਦੇ ਵਿੱਚ ਡਿਲੀਵਰੀਆਂ ਹੋ ਜਾਂਦੀਆਂ ਨੇ ਤੇ ਮੇਰੀ ਹਕੂਮਤ ਅੱਗੇ ਗੁਜ਼ਾਰਿਸ਼ ਕੀਤੀ ਜਾਂਦੀ ਏ ਬਜਾਏ ਇੱਕ ਵੱਡਿਆਂ ਸ਼ਹਿਰਾਂ ਚ ਹਸਪਤਾਲ ਬਣਾਉਣ ਦੀ ਬਜਾਏ ਇਹਨਾਂ ਛੋਟਿਆਂ-ਛੋਟਿਆਂ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਬਣਾ ਦਿੱਤੀਆਂ ਜਾਣ ਤਾਂ ਕਿ ਚਲੋ ਡਾਕਟਰ ਨਾ ਬੋਵੇ ਕਮਜ਼ ਕੰਮ ਇੱਕ ਡਿਸਪੈਂਸਰੀ ਬਵੇ ਜਿਹੜਾ ਇਹਨਾਂ ਲੋਕਾਂ ਨੂੰ ਫਿਲ ਵਕਤੀ ਫੌਰੀ ਤੌਰ ਤੇ ਬਚਣ ਵਾਸਤੇ ਕੋਈ ਨਾ ਕੋਈ ਛੋਟੀ ਮੋਟੀ ਦਵਾਈ ਦੇ ਦਿੱਤੀ ਜਾਵੇ ਤੇ ਇਸ ਤੋਂ ਇਲਾਵਾ ਇਹਨਾਂ ਲੋਕਾਂ ਨੂੰ تعلیم ਦੀਆਂ ਬੁਨਿਆਦੀ ਸਹੂਲਤਾਂ ਮیسر ਨਹੀਂ ਹੈ ਇਹਨਾਂ ਪਿੰਡਾਂ ਵੱਲ ਖਿਆਲ ਕੀਤਾ ਜਾਏ ਸਾਡੇ ਮੁਲਕ ਦੀ ਤਰੱਕੀ ਦਾ دارומદાર 75% ਜਿਹੜਾ دارומદાર ਹੈ ਉਹ ਜ਼ਰਾਇਦ ਦੇ ਉੱਤੇ ਵੇ ਲੇਕਿਨ ਸਾਡੇ ਹਰ ਦੌਰ ਦੇ ਵਿੱਚ ਜ਼ਰਾਇਦ ਦੇ ਨਾਲ ਸੋਤੀਲੀ ਮਾਂ ਜਿਹਾ ਸਲੂਕ ਕੀਤਾ ਜਾਂਦਾ ਹੈ ਮੇਰੀ ਇਹਨਾਂ ਲੋਕਾਂ ਅਗੇ ਗੁਜ਼ਾਰਿਸ਼ ਕੀਤੀ ਜਾਂਦੀ ਹੈ ਕਿ ਹਕੂਮਤ ਪੰਜਾਬ ਹਕੂਮਤੇ ਵਕਤ ਅਗੇ ਗੁਜ਼ਾਰਿਸ਼ ਕੀਤੀ ਜਾਂਦੀ ਹੈ ਕਿ ਇਹਨਾਂ ਲੋਕਾਂ ਦੇ ਹਾਲਤਾਂ ਜ਼ਾਰ ਤੇ ਰਹਿਮ ਕੀਤਾ ਜਾਵੇ ਇਹਨਾਂ ਨੂੰ ਬੁਨਿਆਦੀ ਸਹੂਲਤਾਂ ਮਿਲ ਦਿੱਤੀਆਂ ਜਾਣ ਤਾਂ ਕਿ ਇਹ ਲੋਗ ਆਪਣਾ ਕੰਮ ਮਜ਼ੀਦ ਜੋਕ ਸ਼ੌਕ ਦੇ ਨਾਲ ਜਿਹੜਾ ਅੱਗੇ ਵਧਾ ਸਕਣ ਮੈਂ ਖਾਸ ਤੌਰ ਤੇ ਆਪਣਾ ਟੀਵੀ ਚੈਨਲ ਦਾ ਬਹੁਤ ਜ਼ਿਆਦਾ ਮਸ਼ਹੂਰ ਹਾਂ ਕਿ ਉਹ ਇਸ ਤਰ੍ਹਾਂ ਬੁਨਿਆਦੀ ਸਹੂਲਤਾਂ ਛੱਡ ਕੇ ਪਿੰਡਾਂ ਦੇ ਵਿੱਚ ਮੁਸ਼ਕਲ ਹਾਲਾਤ ਦੇ ਵਿੱਚ ਜਾਣ ਕੇ ਮੁਸ਼ਕਲ ਰਸਤਿਆਂ ਤੋਂ ਜਾ ਕੇ ਇਹਨਾਂ ਲੋਕਾਂ ਦੀ ਤਰਜਮਾਨੀ ਕਰਦੇ ਨੇ ਔਰ ਮੈਂ ਇਹ ਹੀ ਕਰਾਂਗਾ ਕਹਾਂਗਾ ਕਿ ਆਪਣਾ ਨਿਚੇੜਾ ਟੀਵੀ ਚੈਨਲ ਉਹ ਇਸ ਟਾਈਮ ਜਿਹੜਾ ਹੈ ਨਾ ਜੀ ਕਲਮਾ-ਏ-ਹਕ ਬੁਲੰਦ ਕਰਨ ਦੇ ਵਿੱਚ ਸਭ ਤੋਂ ਜ਼ਿਆਦਾ ਅੱਗੇ ਵੇ ਉਹ ਮੁਲਕ ਦੇ ਪਿੱਛੇ ਹੋਏ ਤਬਕੇ ਦੀ ਸਹੀ ਤਰਜਮਾਨੀ ਜੇ ਅਗਰ ਕੋਈ ਕਰਦਾ ਹੈ ਮੀਡੀਆ ਦੇ ਵਿੱਚੋਂ ਤੇ ਉਹ ਆਪਣਾ ਚੈਨਲ ਹੈ ਮੈਂ ਇਹਨਾਂ ਦੀ ਪੂਰੀ ਟੀਮ ਦਾ ਬਹੁਤ ਜ਼ਿਆਦਾ ਮਸ਼ਕੂਰ ਹਾਂ ਜੀ ਨਾਜ਼ਰੀਨ ਐਸੀ ਸਾਡੀ ਅੱਜ ਦੀ ਕਿਸਾਨ ਬੈਠੇ ਜਿਹੜੀ ਵਲਗਨ ਸਾਣਾ ਚੱਕ ਇੱਕ ਆਰ ਬੀ ਚ ਮੁਨਕਦ ਕੀਤੀ ਗਈ ਸੀ ਤੇ ਇਹਦੇ ਵਿੱਚ ਸਾਡੇ ਕਿਸਾਨ ਜ਼ਿੰਮੇਦਾਰ ਭਰਾਵਾਂ ਨੇ ਹਕੂਮਤ ਅੱਗੇ ਗੁਜ਼ਾਰਸ਼ਾਂ ਤੇ ਜਿਹੜੀ ਅਪੀਲ ਕੀਤੀ ਹੈ ਸਾਡੀ ਵੀ ਇਹ ਅਪੀਲ ਹੈ ਕਿ ਸਾਡੀ ਹਕੂਮਤ ਉਹਨੂੰ ਤਰਜੀਹ ਬੁਨਿਆਦਾਂ ਤੇ ਇਹਨੂੰ ਹੱਲ ਕੀਤਾ ਜਾਏ ਤਾਂ ਕਿ ਸਾਡਾ ਕਿਸਾਨ ਖੁਸ਼ਹਾਲ ਹੋਵੇ सा मुल खुशहाल हो इस यकीन ते इस उम्मीद के नाल कि सा गुजारिशा साकूमत जरूर अमल करेगी ते ये नाल ही साढ़े प्रोग्राम का वेला मुक्या अपने मेज़बान इम्तियाज़ अलताफ़ बुखारी न इजाज़त दौ रब रखा अल्लाह बेली